ਸੋ ਹੈਲੋ ਗਾਈਜ਼, ਵੈਲਕਮ ਬੈਕ ਮੇਰੇ ਚੈਨਲ ਔਲੀ ਕੇ ਮਾਇਲ। ਸੋ ਗਾਈਜ਼, ਇੱਕ ਅਪਡੇਟ ਸ਼ੇਅਰ ਕਰਨ ਲੱਗੇ ਹਾਂ। ਸੋ ਦੋਸਤੋ, ਜਿਹੜਾ ਕਿ ਤੁਸੀਂ ਕੈਨੇਡਾ ਦੇ ਵਿੱਚ ਜਾ ਸਕਦੇ ਹੋ, ਲੇਕਿਨ ਤੁਹਾਨੂੰ ਵਰਕ ਪਰਮਿਟ ਜਿਹੜਾ ਕਿ ਨਹੀਂ ਮਿਲੇਗਾ, ਉਹ ਕਿਸ ਕੈਟਾਗਰੀ ਦੇ ਵਿੱਚ ਹੈ, ਕਿਸ ਤਰ੍ਹਾਂ ਦੇ ਵੀਜ਼ੇ ਨੇ, ਸੋ ਉਸ ਬਾਰੇ ਫੁੱਲ ਡਿਟੇਲ ਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਦੋਸਤੋ, ਮਾਰਕ ਮਿਲਰ ਜਿਹੜੇ ਕਿ ਇਮੀਗ੍ਰੇਸ਼ਨ ਮਿਨਿਸਟਰ ਕੈਨੇਡਾ ਦੇ ਆ, ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਰੀਸੈਂਟਲੀ ਇੱਕ ਪੋਸਟ ਕੀਤੀ ਹੈ। ਸੋ ਇਸ ਦੇ ਵਿੱਚ ਲਿਖਿਆ ਇਹਨਾਂ ਨੇ, ਨੋ ਮੋਰ ਵਰਕ ਪਰਮਿਟ ਫਾਰ ਵਿਜ਼ਟਰਸ ਹੂ ਅਪਲਾਈ ਵਿਦ ਇਨ ਕੈਨੇਡਾ। ਕੈਨੇਡਾ ਦੇ ਵਿੱਚ ਜਿਹੜੇ ਆ ਕੇ ਵਰਕ ਪਰਮਿਟ ਅਪਲਾਈ ਕਰਦੇ ਆ, ਉਹਨਾਂ ਨੂੰ ਜਿਹੜਾ ਕਿ ਵਰਕ ਪਰਮਿਟ ਨਹੀਂ ਦਿੱਤਾ ਜਾਵੇਗਾ। ਬਾਕੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਸੋ ਇਸ ਦੇ ਵਿੱਚ ਕੁਝ ਜਿਹੜੇ ਰਿਵਿਊਜ਼ ਨੇ ਉੱਥੋਂ ਦੇ ਲੋਕਾਂ ਦੇ, ਸੋ ਉਸ ਬਾਰੇ ਮੈਂ ਤੁਹਾਨੂੰ ਸ਼ੇਅਰ ਕਰਨਾ, ਉੱਥੋਂ ਦੇ ਲੋਕ ਕੀ ਚਾਹੁੰਦੇ ਇਸ ਚੀਜ਼ ਬਾਰੇ, ਉਹਨੂੰ ਲੋਕਾਂ ਦੇ ਕੀ ਵਿਊ ਨੇ। ਸੋ ਓਕੇ, ਉਹ ਤੁਸੀਂ ਦੇਖ ਸਕਦੇ ਜਿਵੇਂ ਕਿ ਇਹਨਾਂ ਨੇ ਰਿਵਿਊ ਹੈ, ਵੀ ਨੀਡ ਟੂ ਸਟਾਰਟ ਮਾਸ ਡਿਪੋਰਟੇਸ਼ਨ। ਬਹੁਤ ਲੋਕ ਉੱਥੋਂ ਦੇ, ਮੈਂ ਜਿਹੜੀ ਜੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਗੋਰੇ ਜਿਹੜੇ ਕਿ ਬਹੁਤ ਜ਼ਿਆਦਾ ਔਖੇ ਹੋਏ ਪਏ ਆ ਇਹਨਾਂ ਚੀਜ਼ਾਂ 'ਤੇ, ਸਾਰੇ ਡਿਪੋਰਟੇਸ਼ਨ ਦੀਆਂ ਗੱਲਾਂ ਕਰਦੇ ਆ। ਤੁਸੀਂ ਕਮੈਂਟ ਦੇਖੋਗੇ ਜਿੱਥੇ ਵੀ ਡਿਪੋਰਟ ਦੇਮ ਕੈਨੇਡਾ ਕਲੋਜ਼ ਫਲੈਗ ਪੋਲਿੰਗ, ਕਿਉਂਕਿ ਉੱਥੇ ਜ਼ਿਆਦਾ ਹੁਣ ਇਮੀਗ੍ਰੇਸ਼ਨ ਜਿਹੜੇ ਮਿਨਿਸਟਰ ਆ ਔਰ ਇਹ ਪਾਰਟੀ ਉੱਥੋਂ ਦੇ ਹੋਣੇ ਇਲੈਕਸ਼ਨ। ਸੋ ਇਲੈਕਸ਼ਨ ਕਰਕੇ ਲੋਕਾਂ ਦਾ ਦਬਾਅ, ਅਪੋਜੀਸ਼ਨ ਦਾ ਦਬਾਅ ਇਹਨਾਂ 'ਤੇ ਕਿ ਤੁਸੀਂ ਇਹ ਚੀਜ਼ਾਂ ਗਲਤ ਕਰ ਰਹੇ ਹੋ ਕੰਟਰੀ ਦੇ ਵਿੱਚ। ਬਹੁਤ ਸਾਰੀਆਂ ਅਪਡੇਟ ਜਿਹੜੀਆਂ ਕਿ ਤੁਹਾਨੂੰ ਡੇਲੀ ਬੇਸਿਸ 'ਤੇ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਕੱਲ੍ਹ, ਠੀਕ ਹੈ ਜੀ। ਸੋ ਬਹੁਤ ਸਾਰੇ ਬਦਲਾਅ ਜਿਹੜੇ ਕਿ ਕੀਤੇ ਜਾਂਦੇ ਆ, ਸੋ ਇਹ ਤਾਂ ਕਰਕੇ ਕੀਤੇ ਜਾਂਦੇ ਕਿ ਗੌਰਮੈਂਟ ਦਾ ਦਬਾਅ। ਸੋ ਬਾਕੀ ਮੈਂ ਫੁੱਲ ਆਰਟੀਕਲ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ, ਉਸ ਦੇ ਵਿੱਚ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਜਿਹੜੀ ਕਿ ਇਸ ਦੇ ਵਿੱਚ ਚੇਂਜਸ ਜਿਹੜੇ ਕਿ ਕੀਤੇ ਗਏ। ਸੋ ਫਰੈਂਡਸ, ਇਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ, ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਐਂਡ ਰਿਫਿਊਜੀ ਕੈਨੇਡਾ ਸੈਡ ਅਵੇਅਰ ਦੈਟ ਸਮ ਬੈਡ ਐਕਟਰ ਯੂਜ਼ਿੰਗ ਦਾ ਪੋਲਿਸੀ ਟੂ ਮਿਸਲੀਡ ਫੋਰ। ਜਿਹੜੀ ਇਹ ਪੋਲਿਸੀ ਸੀਗੀ ਨਾ, ਜਿਵੇਂ LMI ਇਹ ਪੋਲਿਸੀ ਬਣੀ ਸੀ ਕਰੋਨਾ ਦੇ ਟਾਈਮ 'ਤੇ, ਕੋਵਿਡ ਦੇ ਟਾਈਮ 'ਤੇ ਜਿਹੜੇ ਲੋਕ ਉੱਥੇ ਰਹਿ ਗਏ ਸੀ, ਉਹਨਾਂ ਨੂੰ ਇਹ ਪੋਲਿਸੀ ਬਣਾ ਕੇ ਦਿੱਤੀ ਸੀ। ਔਰ ਇਸ ਪੋਲਿਸੀ ਦੇ ਤਹਿਤ ਜਿਹੜਾ ਕਿ ਕੈਨੇਡਾ ਨੇ ਆਪਣਾ ਜਿਹੜਾ ਕਿ ਲੇਬਰ ਗਵਰਨਮੈਂਟ ਜਿਹੜੇ ਕਿ ਲੇਬਰ ਜਿਹੜਾ ਕਿ ਉਹਨਾਂ ਦੇ ਕੰਮ ਸੀ, ਉਹਨਾਂ ਨੂੰ ਪੂਰਾ ਕਰ ਲਿਆ ਸੀਗਾ ਜਿਹੜੇ ਉੱਥੇ ਰਹਿ ਗਏ ਸੀ। ਸੋ ਉਹਨਾਂ ਕਰਕੇ ਨੀਤੀ ਬਣਾਈ ਗਈ ਸੀ ਵੀ ਜਿਹੜੇ ਇਸ ਤਰ੍ਹਾਂ ਟੂਰਿਸਟ ਵੀਜ਼ਾ 'ਤੇ ਵੀ ਆ ਰਹੇ ਆ, ਵਿਜ਼ਟਰ ਵੀਜ਼ਾ 'ਤੇ ਆ ਰਹੇ ਆ, ਸੋ ਉਹਨਾਂ ਨੂੰ LMI ਦੇ ਥਰੂ ਜਿਹੜਾ ਕਿ ਵੀਜ਼ੇ ਵਰਕ ਪਰਮਿਟ ਦੇ ਦਿੱਤਾ ਜਾਂਦਾ ਸੀ। ਵੀਜ਼ਾ ਤਾਂ ਉਹਨਾਂ ਕੋਲ ਹੁੰਦਾ ਸੀ ਔਰ ਨਾਲ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਕਿ ਇਸ਼ੂ ਕਰ ਦਿੱਤਾ ਜਾਂਦਾ। ਲੇਕਿਨ ਇਸ ਚੀਜ਼ ਦਾ ਜਿਹੜਾ ਕਿ ਉਹ ਕਹਿੰਦੇ ਕਿ ਬੈਡ ਐਕਟਰਸ, ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਸ ਚੀਜ਼ ਦਾ ਗਲਤ ਫਾਇਦਾ ਉਠਾਇਆ, ਉਸ ਕਰਕੇ ਜਿਹੜਾ ਕਿ ਮਤਲਬ ਕਿ ਪੋਲਿਸੀ ਦੀ ਮਿਸਯੂਜ਼ ਹੋਣ ਲੱਗਿਆ ਫੋਰਨ ਨੈਸ਼ਨਲਸ ਦੇ ਲਈ, ਔਰ ਇਹ ਜ਼ਿਆਦਾ ਗਲਤ ਹੈ ਅਤੇ ਉਹ ਕਦੇ ਵੀ ਇਸ ਤਰ੍ਹਾਂ ਦਾ ਜਿਹੜਾ ਕਿ ਨਹੀਂ ਚਾਹੁੰਦੇ। ਸੋ ਬਾਕੀ ਤੁਸੀਂ ਆਰਟੀਕਲ ਜਿਹੜਾ ਕਿ ਰੀਡ ਕਰ ਸਕਦੇ ਹੋ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ। ਸੋ ਇਸ ਤਰ੍ਹਾਂ ਦੀ ਇਹ ਜਿਹੜੀ ਪੋਲਿਸੀ ਸੀਗੀ, ਜਿਹੜੀ ਕਿ ਇਹ ਪੋਲਿਸੀ ਜਿਹੜੀ ਕਿ ਉਹਨਾਂ ਨੇ ਲਾਗੂ ਕੀਤੀ ਸੀ, ਇਹ ਸਪੈਸੀਫਿਕ ਪੋਲਿਸੀ ਵਾਜ਼ ਐਕਸਪਾਇਰ February 2, 2028 2025 ਦੇ ਵਿੱਚ ਐਕਸਪਾਇਰ ਹੋਣੀ ਸੀ ਪੋਲਿਸੀ, ਲੇਕਿਨ ਉਹਨਾਂ ਨੇ ਜਿਹੜੇ ਕਿ ਇਸ ਨੂੰ ਹੁਣੇ ਹੀ ਬੰਦ ਕਰ ਦਿੱਤਾ ਗਿਆ। ਸੋ ਇਹ ਸੀਗੀ ਛੋਟੀ ਜਿਹੀ ਅਪਡੇਟ ਤੁਹਾਡੇ ਲਈ। ਸੋ ਇਸ ਤਰ੍ਹਾਂ ਦੀ ਅਪਡੇਟਸ ਨੂੰ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਬਹੁਤ ਸਾਰੇ ਸਟੂਡੈਂਟ ਦੀ ਇਸ ਚੀਜ਼ ਨਾਲ ਹੈਲਪ ਹੋ ਸਕੇਗੀ।